ਤੇ ਸਾਡੇ ਤੇ ਉਹ ਹੱਥ ਰੱਖੇ ਸਨ ਔਖੇ ਸੌਖੇ ਟਾਈਮ ਤੇ ਨੇਕੀ ਬੜੀ ਹੋਣੀ ਵਿਆਹ ਸ਼ਾਦੀ ਹੋਣੀ ਸਾਡੇ ਨਾਲ ਉਹ ਅਮਦਦ ਬੜੀ ਕਰਦੇ ਸਨ ਭਾਰਮ ਭਵਨ ਦੇ 10 ਦਿਨਾਂ ਨੂੰ ਭਾਰਮ ਪਿਆਰ ਭਵਨ ਤੇ ਬੜਾ ਕਰਦੇ ਸਨ ਸਾਡੇ ਨਾਲ ਵਿਆਹਾਂ ਸ਼ਾਦੀਆਂ ਤੇ ਧੀ ਦਾ ਹੋਣਾ ਪੁੱਤਰ ਦਾ ਹੋਣਾ ਤੁਹਾਨੂੰ ਪੁੱਛਣਾ ਵਕੀ ਤੁਹਾਨੂੰ ਚਾਹੀਦਾ ਆਟਾ ਚਾਹੀਦਾ ਦਾਣੇ ਚਾਹੀਦੇ ਨੇ ਗੁੜ ਚਾਹੀਦਾ ਹੈ ਖੰਡ ਚਾਹੀਦੀ ਹੈ ਪੈਸੇ ਚਾਹੀਦੇ ਨੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਵੀ ਦੱਸੋ ਅਸੀਂ ਤੁਹਾਨੂੰ ਲੈ ਕੇ ਦੇਣੇ ਆ ਕੋਈ ਪੈਸੇ ਤੇ ਕੋਈ ਪੈਸੇ ਦੇ ਛਰਦਨ ਕੋਈ ਲੈ ਕੇ ਦੇ ਦਿੰਦੇ ਤਾਂ ਤੇ ਲੈਦੇ ਹੋਰ ਧੱਕੇ ਨਾਲ ਤਕਲੀਫ ਤੰਗ ਤੰਗ ਕਰਕੇ ਨਹੀਂ ਥਣ ਲੈਂਦੇ ਆ ਜੈਮਲ ਸਿੰਘ ਸੀ ਇਹਦਾ ਮੁੰਡੇ ਦਾ ਨਾਂ ਹੀ ਦਿਲਦੇਵ ਸਿੰਘ ਇਹ ਕੋਈ ਖੇਡਦਾ ਸੀ ਇੱਕ ਬਾਬੇ ਸੁੰਦਰ ਦੇ ਮੁੰਡੇ ਸਨ ਪਾਲਾ ਤੇ ਪੂਰਨ ਤੇ ਜੰਗੀਰਾ ਤੇ ਵਜੀਰਾ ਚਾਰ ਮੁੰਡੇ ਸਨ ਉਹ ਚਾਰ ਸੀ ਨਾਲ ਖੇਡਦੇ ਖੇਡਦੇ ਨੇ ਇੱਕ ਇਥੇ ਕਾਰੀਪੀ ਪਿਆਰਾ ਲਾਲ ਖੱਤਰੀ ਇੱਕ ਉਹਦਾ ਮੁੰਡਾ ਸੀ ਉਹ ਖੇਡਦੇ ਨੇ ਇੱਕ ਉਹਦਾ ਭਰਾ ਸੀ ਦੇਸੂ ਲੰਮਾ ਉਹ ਸਿਆਣ ਸਾ ਦੇਸ ਰਾਮ ਸੀ ਉਹਦਾ ਨਾਮ ਅਸਲਾਮੁਅਲੈਕੁਮ ਮੈਂ ਹਾਂ ਨਜ਼ਰ ਤੇ ਮੇਰੇ ਨਾਲ हसन ਬੂਬਕ ਵੀਰ ਉਹ ਤੁਸੀਂ ਦੇਖ ਰਹੇ ਹੋ ਪੰਜਾਬੀ ਸਾਂਝ ਟੀਵੀ ਅਸੀਂ ਅੱਜ ਪਹੁੰਚੇ ਹਾਂ ਪਿੰਡ ਕਾਲੋ ਕੀ ਜ਼ਿਲ੍ਹਾ ਸ਼ੇਖੋਪੁਰਾ ਤੇ ਸਾਨੂੰ ਭੇਜਿਆ ਹੈ ਸਵਰਨ ਸਿੰਘ ਵਿਰਕ ਉਹਨਾਂ ਦੇ ਪਿਤਾ ਦਾ ਨਾਮ ਹੈ ਸਰਦਾਰ ਦਰਸ਼ਨ ਸਿੰਘ ਵਿਰਕ ਉਹਨਾਂ ਦੇ ਦਾਦਾ ਜੀ ਦਾ ਨਾਮ ਹੈ ਸਰਦਾਰ ਗੁਲਾਬ ਸਿੰਘ ਵਿਰਕ ਪਿੰਡ ਕਾਲੋਕੀ ਵਾਲੇ ਤੇ ਪਤਨੀ ਉਹਨਾਂ ਦੀ ਸੀ ਫੱਤੇ ਜੀ ਤੇ ਖੂਹ ਸੀ ਉਹਨਾਂ ਦਾ ਸੂਬੇਦਾਰਾਂ ਦਾ ਉਹਨਾਂ ਨੇ ਸਾਡੀ ਵੀਡੀਓ ਦੇਖੀ ਪਹਿਲੇ ਵੀ ਇਸ ਬਜ਼ੁਰਗਾਂ ਦੀ ਇੱਕ ਵੀਡੀਓ ਸੀ ਅਪਲੋਡ ਕਰ ਚੁੱਕੇ ਆ ਬਲਕਿ ਦੋ ਵੀਡੀਓ ਅਪਲੋਡ ਕੀਤੀਆਂ ਨੇ ਉਹਨਾਂ ਨੇ ਵੀਡੀਓ ਦੇਖ ਕੇ ਸਾਡੇ ਨਾਲ ਰਾਬਤਾ ਕੀਤਾ ਕਿ ਸਾਡੇ ਪਿੰਡ ਜਾਓ ਸਾਡੇ ਬਜ਼ੁਰਗਾਂ ਦਾ ਰਹਿਣ ਸਹਿਣ ਦੱਸੋ ਉੱਥੇ ਮੁਸਲਮਾਨ ਵੀਰ ਵੀ ਰਹਿੰਦੇ ਸਨ ਸਿੱਖ ਭਰਾ ਵੀ ਰਹਿੰਦੇ ਸਨ ਉਹਨਾਂ ਦੇ ਨਾਲ ਸਾਡੇ ਤੱਲਕ ਕਿਦਾਂ ਦੇ ਸਨ ਅੱਜ ਅਸੀਂ ਗੱਲਾਂ ਕਰਨੀਆਂ ਨੇ ਪੁਰਾਣੀਆਂ ਵੰਡ ਤੋਂ ਪਹਿਲਾਂ ਦੀਆਂ ਜਿਹੜੀਆਂ ਕਿ 1947 ਤੋਂ ਪਹਿਲਾਂ ਜਦੋਂ ਸਾਡੇ ਇੱਥੇ ਸਿੱਖ ਵੀਰ ਮੁਸਲਮਾਨ ਵੀਰ ਇਕੱਠੇ ਰਹਿੰਦੇ ਹੁੰਦੇ ਸਨ ਤੇ ਸ਼ਾਇਦ ਕੁਝ 크ਿਸਚਨਾਂ ਦੇ ਵੀ ਘਾਰ ਹੋਣ ਉਹ ਵੀ ਸਾਡੇ ਵੀਰ ਸਨ ਤੇ ਬਾਬਾ ਜੀ ਅਮੀਨ ਸਾਹਿਬ ਇਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਕਿ 1947 ਤੋਂ ਪਹਿਲਾਂ ਇੱਥੇ ਸਪੈਂਡ ਦੇ ਵਿੱਚ ਕਿਹੜੀ-ਕਿਹੜੀ ਬਰਾਦਰੀ ਰਹਿੰਦੀ ਸੀ ਤੇ ਕਿੱਦਾਂ ਰਹਿੰਦੇ ਸੀ ਵੀਰਾਂ ਨੂੰ ਰਿਕੁਐਸਟ ਹੈ ਕਿ ਸਾਡੇ ਪੰਜਾਬੀ ਸਾਂਝ ਟੀਵੀ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਤੇ ਨਾਲ ਦੀ ਕੰਟੀ ਜ਼ਰੂਰ ਪ੍ਰੈਸ ਕਰਿਓ ਆਉਣ ਵਾਲੀਆਂ ਵੀਡੀਓ ਬਾਸਾਨੀ ਤੁਹਾਨੂੰ ਮਿਲਦੀਆਂ ਰਹਿਣ ਵੀਰਾਂ ਨੂੰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਵੀਰੋ ਵੀਡੀਓ ਪੂਰੀ ਦੇਖਿਆ ਕਰੋ ਕਿਸੇ ਵੀ ਚੈਨਲ ਦੀ ਹੋਵੇ ਜਾਂ ਸਾਡੇ ਚੈਨਲ ਦੀ ਕਿਉਂਕਿ ਤੁਹਾਨੂੰ ਉਹਨਾਂ ਚਕਰ ਪਤਾ ਨਹੀਂ ਲੱਗੇਗਾ ਕਿ ਵੀਡੀਓ ਦੀ ਸਟੋਰੀ ਕੀ ਸੀ ਅਸਲੀਅਤ ਕੀ ਸੀ ਅਸਲਾਮੁਅਲੈਕੁਮ ਬਾਬਾ ਜੀ ਵਾਲੈਕੁਮ ਸਲਾਮ ਬਾਬਾ ਜੀ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਮੇਰਾ ਨਾਮ ਮੁਹੰਮਦ ਅਮੀਨ ਅਨਸਾਰੀ ਅਨਸਾਰੀ ਹਾਂ ਜਿਲ੍ਹਾ ਬਾਪ ਦਾ ਨਾਮ ਸ਼ਾਹਬਦੀਨ ਦਾਦਾ ਜੀ ਦਾ ਨਾਮ ਦਾਦਾ ਜੀ ਦਾ ਨਾਮ ਹੈ ਲੱਦਾ ਲੱਦਾ ਹਾਂ ਬਾਬਾ ਜੀ ਜਿਹੜੀ ਤੁਹਾਡੇ ਸਾਹਮਣੇ ਖੜ੍ਹੀ ਏ ਹਾਂ ਇਹ ਕਦੋਂ ਦਾ ਕੰਮ ਸ਼ੁਰੂ ਕੀਤਾ ਤੁਸੀਂ ਇਹ ਕੰਮ ਮੈਂ ਕੀਤਾ ਹੈ ਸਨ 65 ਤੋਂ ਲੱਗ ਕੇ ਤੇ ਪਹਿਲੇ ਵੀ ਤੁਹਾਡੇ ਵੱਡੇ ਹੀ ਕੰਮ ਕਰਦੇ ਨੇ ਪਹਿਲਾਂ ਸਾਡੇ ਵੱਡੇ ਵੀ ਇਹ ਕਰ ਮੇਰਾ ਬਾਪ ਦਾਦਾ ਪਰਦਾਦਾ ਤਾਇਆ ਸਾਰੇ ਹੀ ਕਰਦੇ ਸਨ ਉਤਰੇ ਤੁਹਾਡੀਆਂ ਇਹ ਨਸਨਾ ਬਰ ਨਸਨਾ ਹੈ ਨਸਲ ਬੰਦਾ ਜ਼ਰਾ ਕੰਮ ਕਰ ਲਿਆ ਇਹ ਕਾਲੋ ਕਿਦੇ ਸਿੱਖਾਂ ਦੇ ਕੰਮ ਕਰਦੇ ਦੱਸ ਸਿੱਖ ਕੰਮ ਵੀ ਅਸੀਂ ਉਹਨਾਂ ਦਾ ਕਰਦੇ ਸੀ ਸਿੱਖਾਂ ਦੇ ਸਿੱਖਾਂ ਦਾ ਉਦੋਂ ਕਪਾਵਾਂ ਹੁੰਦੀਆਂ ਬੜੀਆਂ ਤੇ ਹੁਣ ਕਪਾਵਾਂ ਖਤਮ ਹੋ ਗਈਆਂ ਨੇ ਹੁਣ ਕੋਟੀਆਂ ਦਾ ਕੰਮ ਚੱਲਦਾ ਹੈ ਤੇ ਉਦੋਂ ਸਿੱਖਾਂ ਦੇ ਖੇਸ ਖੰਦਰ ਅਸੀਂ ਬਣਾਉਂਦੇ ਹੁੰਦੇ ਸੀ ਇਹ ਤੁਹਾਡਾ ਘਰ ਸੀ ਜਾਂ ਹੋਰ ਵੀ ਘਰ ਆਇਆ ਸੀ ਹੋਰ ਵੀ ਘਰ ਦਾ 8 9 ਘਰ ਨੇ ਹੋਰ ਜਿਹੜੇ ਬਣਾਉਂਦੇ ਸਨ ਅੱਛਾ ਹਾਂ ਕਿਉਂਕਿ ਸਿੱਖ ਇਥੇ ਰਹਿਣਾ ਉਹ ਬਹੁਤ ਅਮੀਰ ਤਰੀਨ ਸਨ ਜ਼ਗੀਰਦਾਰ ਸਨ ਤੇ ਚੰਗੇ ਸਨ ਸਾਡੇ ਵਾਸਤੇ ਇਸ ਪਿੰਡ ਦੇ ਇਸ ਪਿੰਡ ਦੇ ਕਾਲੋਕੀ ਦੇ ਕਾਲੋਕੀ ਦੇ ਤੇ ਸਾਡੇ ਤੇ ਉਹ ਹੱਥ ਰੱਖਦੇ ਸਨ ਔਖੇ ਸੌਖੇ ਟਾਈਮ ਤੇ ਨੇਕੀ ਬਦੀ ਹੋਣੀ ਵਿਆਹ ਸ਼ਾਦੀ ਹੋਣੀ ਸਾਡੇ ਨਾਲ ਉਹ ਅਮਦਾਦ ਬੜੀ ਕਰਦੇ ਸਨ ਕਿ ਤੁਹਾਡੇ ਨਾਲ ਬੜੀ ਪਿਆਰ ਮੁਹੱਬਤ ਬੜਾ ਪਿਆਰ ਮੁਹੱਬਤ ਦਾਣੇ ਦੇਣੇ ਗੋੜ ਥੱਕੜ ਜੋ ਹੁੰਦਾ ਸੀ ਉਹ ਸਾਨੂੰ ਆਪਣੇ ਨੂੰ ਬੱਦ ਕੇ ਸਮਝਦੇ ਸਨ ਅੱਛਾ ਬਾਬਾ ਜੀ ਜਿਹੜਾ ਇੱਥੇ ਸਰਦਾਰ ਦਰਸ਼ਨ ਸਿੰਘ ਤੇ ਸਰਦਾਰ ਗੁਲਾਬ ਸਿੰਘ ਜਿਨ੍ਹਾਂ ਦਾ ਖੂਬ ਸੀ ਸੂਬੇਦਾਰਾਂ ਦਾ ਉਹਨਾਂ ਦੇ ਬਾਰੇ ਸਾਨੂੰ ਦੱਸੋ ਵੀ ਉਹਨਾਂ ਦਾ ਪਿੰਡ ਦੇ ਵਿੱਚ ਘਰ ਕਿੱਥੇ ਕਰਕੇ ਸੀ ਉਹ ਕਿੱਥੇ ਕਰਕੇ ਰਹਿੰਦੇ ਸਨ ਤੇ ਉਹਨਾਂ ਦਾ ਡੇਰਾ ਕਿੰਨੀ ਕੁ ਦੂਰ ਹੈ ਪਿੰਡੋਂ ਉਹ ਡੇਰਾ ਪਿੰਡੋਂ ਮੇਰੇ ਖਿਆਲ ਡੇਢ ਦੋ ਮੀ ਕਰ ਲਾ ਦੋ ਵੀ ਅੱਛਾ ਆ ਤੂੰ ਉੱਥੇ ਕਿੰਨੇ ਘਰ ਸਨ ਇਹਨਾਂ ਦਾ ਸੂਬੇਦਾਰਾਂ ਦਾ ਉਹ ਉੱਥੇ ਸੂਬੇਦਾਰਾਂ ਦੇ ਘਰ ਤੇ ਪੂਰੇ ਜਹਣੇ ਸਿੱਖਾਂ ਦੇ ਤੇ ਹੁਣ ਤੇ ਬੜਾ ਵੱਡਾ ਡੇਰਾ ਬਣਿਆ ਹੋਇਆ ਹੁਣ ਤੇ ਪੂਰੇ ਪਿੰਡ ਜਿੱਦਾ ਬਣਿਆ ਹੋਇਆ ਅੱਛਾ ਬਾਬਾ ਜੀ ਇਸ ਪਿੰਡ ਦੀਆਂ ਪਤੀਆਂ ਕਿੰਨੀਆਂ ਸੀ ਚਾਰ ਕਿੜੀਆਂ ਕਿੜੀਆਂ ਸੀ ਇੱਕ ਆ ਧਿਰਨ ਕੀ ਤੇ ਇੱਕ ਫਤਿਹ ਵਾਲੀ ਤੇ ਇੱਕ ਉਹ ਨਾਮ ਵਾਲਾ ਗੁਰਦੁਆਰਾ ਇਹ ਚਾਰ ਪਤੀਆਂ ਸਨ ਤੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ ਬਸਦਾਂ ਹਾਂਜੀ ਉਦੋਂ ਮਸਜਿਦਾਂ ਹਨ ਚਾਰ ਤੇ ਹੁਣ ਨੇ ਬਸਦਾਂ 13 13 ਤੇ ਉਸ ਟਾਈਮ ਗੁਰਦੁਆਰੇ ਕਿੰਨੇ ਸੀ ਗੁਰਦੁਆਰੇ ਸਨ ਇੱਕ ਆ ਵੱਡਾ ਬਾਜ਼ਾਰ ਵੇ ਸੀ ਤੇ ਇੱਕ ਨਵੇਂ ਦਾ ਗੁਰਦੁਆਰਾ ਸੀ ਦੋ ਤੇ ਇੱਕ ਇਧਰ ਬਣਿਆ ਸੀ ਦੋ ਤਿੰਨ ਗੁਰਦੁਆਰੇ ਸਨ ਇੱਥੇ ਜ਼ਿਆਦਾ ਮੁਸਲਮਾਨ ਰਹਿੰਦੇ ਸਨ ਜਾਂ ਸਿੱਖ ਰਹਿੰਦੇ ਸਨ ਜ਼ਿਆਦਾ ਸਿੱਖ ਰਹਿੰਦੇ ਸਨ ਮੁਸਲਮਾਨ ਥੋੜੇ ਸਨ ਜਲਾਸਣ ਕਮਿਆਰ ਸਨ ਮੋਰਚੀ ਸਨ ਦੋ ਘਰ ਲੋਵਾਰਾਂ ਦੇ ਸਨ ਬਸ ਆਈ ਤਾਂ ਚੜ੍ਹਦੇ ਪਾਸੇ ਤੇਲੀਆਂ ਦੇ ਘਰ ਸਨ ਚਾਰ ਪੰਜ ਤੇ ਪਿੰਡ ਉਸ ਟਾਈਮ ਕਿੱਡਾ ਵੱਡਾ ਸੀ ਉਹ ਟਾਈਮ ਪਿੰਡ ਹੁਣ ਦੁੱਗਣਾ ਹੈ ਉਹਦੇ ਨਾਲ ਅੱਛਾ ਕੋ ਪੁਰਾਣੇ ਘਰ ਹਜੇ ਵੀ ਪਿੰਡ ਦੇ ਵਿੱਚ ਕੋ ਹੈ ਨੇ ਪੁਰਾਣੇ ਘਰ ਬੜੇ ਨੇ ਹਜੇ ਕਿਹੜੇ ਕਿਹੜੇ ਸਿੱਖਾਂ ਦੇ ਨੇ ਕੋਈ ਨਾਂ ਯਾਦ ਨੇ ਆ ਦੱਸੋ ਇੱਕ ਤੇ ਪੁਰਾਣਾ ਘਰ ਆ ਇੱਥੇ ਗੋਪੀ ਸ਼ਾਹ ਦਾ ਹੈ ਉਹ ਵੀ ਪੁਰਾਣਾ ਘਰ ਖੜਾ ਹੈ ਗੋਪੀ ਸ਼ਾਹ ਜਿਹਦਾ ਪੱਠਾ ਸੀ ਇੱਥੇ ਮਸ਼ੀਨ ਵੀ ਗੋਪੀ ਸ਼ਾਹ ਦੀ ਸੀ ਹੋਰ ਦੱਸੋ ਹੋਰ ਇੱਕ ਦਾ ਸਿੰਘ ਸੀ ਖੱਤਰੀ ਉਹਦਾ ਘਰ ਉਹ ਵੀ ਪੁਰਾਣਾ ਹੈ ਜਿਹੜਾ ਉਤਾ ਹੈ ਤੇ ਇੱਕ ਘਰ ਪੁਰਾਣਾ ਔਰ ਨਾਮ ਹੈ ਗੁਰਦੁਆਰਾ ਖਲੋਤਾ ਉਹ ਪਤਾ ਨਹੀਂ ਕਿਹੜੇ ਘਰ ਦਾ ਸੀ ਉਹ ਵੀ ਪੁਰਾਣਾ ਖਲੋਤਾ ਹੈ ਤੇ ਇਹ ਜਿਹੜਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਮੇਰੀ ਬੈਕਸਾਈਡ ਤੇ ਇਹ ਕਿਹਨਾਂ ਦਾ ਇਹ ਸਤਨਾਮ ਦਾ ਸਤਨਾਮ ਦਾ ਤੇ ਜਿਹੜੇ ਇੱਧਰ ਆ ਖਲੋਤੇ ਨੇ ਕਾਫੀ ਇੱਧਰ ਜਿਹੜੇ ਖਲੋਤੇ ਨੇ ਇੱਕਾ ਸੰਤੂ ਦਾ ਇੱਕ ਮੀਆਂ ਸਿੰਘ ਦਾ ਇੱਕ ਬਾਬਾ ਸੁੰਦਰ ਇੱਕ ਜੰਗਲ ਸਿੰਘ ਹੈ ਇਹ ਇਹਨਾਂ ਦੇ ਘਰ ਖੜੋਤੇ ਤੋ ਜਿਹੜੇ ਡੋਗਰ ਰਹਿੰਦੇ ਨੇ ਮੇਰੇ ਯਾਰ ਜੁਨੇਦ ਹੁਣੀ ਜੁਨੇਦਰੀ ਉਹ ਕੋਠੀ ਹਾਂਜੀ ਉਹ ਕਿਹਨਾਂ ਦੀ ਹੈ ਉਹ ਕੋਠੀ ਹੁਣ ਉਹ ਉਹ ਡੋਗਰ ਵਿੱਚ ਰਹਿੰਦੇ ਨੇ ਉਹ ਹਾਂਜੀ ਆ ਕੋਠੀ ਸਾਰੀ ਡੋਗਰਾਂ ਕੋਲ ਹੈ ਉਹ ਕਿਹੜੇ ਸਰਦਾਰ ਦੇ ਸੀ ਉਹ ਯਾਰ ਵੇ ਨਾ ਭੁੱਲ ਜਿਓਗਾ ਚਲੋ ਕੋਈ ਨਹੀਂ ਤੇ ਜਿਹੜੇ 메ਨ ਬਾਜ਼ਾਰ ਦੇ ਵਿੱਚ ਨੇ ਅੱਜ ਵੀ ਘਰ ਪਰਾਨੇ ਖਲੋਤੇ ਨੇ ਇਹ ਕਿੰਨਾ ਦੇਸ ਨੇ 메ਨ ਬਾਜ਼ਾਰ ਚ ਜਿਹੜੇ ਘਰ ਜਿਹੜੇ ਖਲੋਤੇ ਨੇ ਨਾ ਜੀ ਇਹ ਇੱਕ ਤੇ ਘਰ ਸੀ ਉਹ ਯਾਰ ਸਿੱਖ ਆਇਆ ਵੀ ਐਸੀ ਪਿੱਛੇ ਜਾਵਾਂ ਬੈਨੇ ਗਏ ਨੇ ਘਰ ਉਹ ਜਿਹੜੇ ਮੇਰੇ ਨਾਲ ਆਏ ਸੀ ਆਹੋ ਜੇ ਉੱਥੇ ਆਏ ਉਹ ਵੇਖ ਕੇ ਗਏ ਨੇ ਜੀ ਜੀ ਆਇਆ ਸੀ ਤੁਹਾਡੇ ਨਾਲ ਜੀ ਉਹਨਾਂ ਨਾਲ ਕੀ ਸੀ ਭਪਿੰਦਰ ਅਹ ਚਕਿੰਦਰ ਚਕਿੰਦਰ ਹਾਂ ਆ ਚਕਿੰਦਰ ਤੇ ਭਵਿੰਦਰ ਦੋਵੇਂ ਭਾਈ ਸਨ ਦੋਵੇਂ ਭਾਈ ਸਨ ਕਸ਼ਮੀਰੀਆਂ ਦੇ ਘਰ ਜਣੋ ਹਾਂ ਪਤਾ ਨਹੀਂ ਚਾਚੇ ਦੇ ਭਾਈ ਸਨ ਜਾਂ ਵੈਸੇ ਭਾਈ ਸਨ ਉਹ ਚਕਿੰਦਰ ਜਿਹੜਾ ਹੈ ਨਾ ਉਹ ਨੂੰ ਬਖਾਇਸ ਕਸ਼ਮੀਰੀਆਂ ਦੇ ਘਰ ਜੀ ਜੀ ਤੇ ਹੋਰ ਪੁਰਾਣਾ ਘਰ ਬਾਜ਼ਾਰ ਦੇ ਵਿੱਚ ਕੋਈ ਨਹੀਂ ਲੈਂਦਾ ਸਾਰੇ ਨਵੇਂ ਛੱਤੇ ਗਏ ਨੇ ਅੱਛਾ ਪਪਾ ਜੀ ਤੇ ਇਹਨਾਂ ਦਾ ਸਿੱਖਾਂ ਦਾ ਮੁਸਲਮਾਨਾਂ ਨਾਲ ਰਹਿਣ ਸਹਿਣ ਕਿਦਾਂ ਦਾ ਸੀ ਰਹਿਣ ਸਹਿਣ ਬੜਾ ਚੰਗਾ ਸੀ ਇਹਨਾਂ ਕੋ ਚੰਗਾ ਕਿ ਜਿਵੇਂ ਹੋਣਾ ਸੀ ਮੁਸਲਮਾਨ ਭਾਈ ਰਹਿੰਦੇ ਨੇ ਨਾ ਇਸ ਤਰ੍ਹਾਂ ਹੀ ਉਹਨਾਂ ਦਾ ਸੀ ਉਹ ਬੜਾ ਇੱਜ਼ਤ ਬੜੇ ਇੱਜ਼ਤ ਵਾਲੇ ਸਨ ਤੇ ਪਿੰਡ ਦੇ ਵਿੱਚ ਬਾਬਾ ਜੀ ਉਦੋਂ ਦੱਸੋ ਵੀ ਜਿਹੜੇ ਤੁਹਾਡੇ ਯਾਰ ਬੈਲੀ ਹੁੰਦੇ ਸਨ ਜਿਹੜੇ ਤੁਹਾਡੇ ਨਾਲ ਬੱਚੇ ਖੇਡਦੇ ਸਨ ਜਾਂ ਵੱਡੇ ਸਨ ਕਿਸੇ ਦਾ ਨਾਂ ਯਾਦ ਨਹੀਂ ਤੇ ਕੀ ਕੰਮ ਕਰਦੇ ਸੀ ਕਿਵੇਂ ਖੇਡਦੇ ਆ ਖੇਡਦਾ ਸੀ ਇੱਕ ਜੈਂਬਲ ਸਿੰਘ ਸੀ ਇਹਦਾ ਮੁੰਡੇ ਦਾ ਨਾਂ ਸੀ ਦਿਲਦੇਵ ਸਿੰਘ ਇੱਕ ਹੋਰ ਖੇਡਦਾ ਸੀ ਇੱਕ ਬਾਬੇ ਸੁੰਦਰ ਦੇ ਮੁੰਡੇ ਸਨ ਪਾਲਾ ਤੇ ਪੂਰਨ ਤੇ ਜੰਗੀਰਾ ਤੇ ਵਜੀਰਾ ਚਾਰ ਮੁੰਡੇ ਸਨ ਉਹ ਚਾਰ ਸੀ ਲਾ ਖੇਡਦੇ ਰਹੇ ਖੇਡਦੇ ਰਹੇ ਤੇ ਇੱਕ ਇਥੇ ਘਰ ਸੀ ਪਿਆਰਾ ਲਾਲ ਖੱਤਰੀ ਇੱਕ ਉਹਦਾ ਮੁੰਡਾ ਸੀ ਉਹ ਖੇਡਦੇ ਰਹੇ ਇੱਕ ਉਹਦਾ ਭਰਾ ਸੀ ਦੇਸੂ ਲੰਮਾ ਉਹ ਸੀ ਅਨਸਾ ਦੇਸਰਾਮ ਸੀ ਉਹਦਾ ਨਾ ਇਹਨਾਂ ਦੇ ਬਾਲ ਜਿਹੜੇ ਨੇ ਅਸੀਂ ਇਸੇ ਲਾ ਕੇ ਖੇਡਦੇ ਰਹੇ ਆ ਇਹਨਾਂ ਦੀਆਂ ਵਾਹਾਂ ਸ਼ਾਦੀਆਂ ਵੀ ਹੁੰਦੇ ਜਾਂਦੇ ਰਹੇ ਤੁਸੀਂ ਵਾਹਾਂ ਸ਼ਾਦੀ ਸਾਡੇ ਤੋਂ ਬਗੈਰੋ ਕਰਦੇ ਹੀ ਨਹੀਂ ਸੀ ਜਿੰਨਾਂ ਚਿਰ ਵਿੱਚ ਅਸੀਂ ਨਹੀਂ ਜਾਂਦੇ ਲੋਕ ਉਹ ਤੇ ਲੈਣ ਦੇਣ ਜਿਹੁੰਦਾ ਸੀ ਕੰਮ ਕਰਨਾ ਕਰਾਣਾ ਬਬੇ ਬੰਦੇ ਚੰਗੇ ਸਨ ਬੰਦੇ ਬਹੁਤ ਅੱਛੇ ਅਸੀਂ ਤੇ ਉਹਨਾਂ ਨੂੰ ਸਹਿਗਣੇ ਆ ਜਿੱਥੇ ਹੀ ਪੁੱਛੋ ਤੇ ਵੀ ਵੇੜਾ ਉਹ ਯਾਦ ਹੈ ਉਹ ਵੇੜਾ ਤੁਹਾਨੂੰ ਯਾਦ ਹੈ ਕਿ ਜਿੰਨਾ ਕੋ ਸਾਡੇ ਹੱਥ ਰੱਖਦੇ ਸਨ ਅੱਛਾ ਜਦੋਂ ਦੇ ਦਿੰਦੇ ਸਨ ਮੰਗਦੇ ਸਨ ਕਿ ਆਪੇ ਦੇਣਾ ਨਾ ਦੇਣਾ ਉਹ ਕੋਈ ਮੰਗ ਲਈ ਦੇ ਤੰਨਾ ਤੇ ਮੰਗਦੇ ਇਸ ਤਰ੍ਹਾਂ ਸਨ ਨਾ ਕਿ ਚਲੋ ਉਹਨਾਂ ਮਜ਼ਦੂਰੀ ਕਰਾਣੀ ਸਾਡੇ ਕੋਲੋਂ ਤੇ ਮਿਹਦੂਰੀ ਦੇ ਵਿੱਚ ਘਟ ਘਟਾ ਲੈਣਾ ਫੇ ਚਲੋ ਅਸੀਂ ਤੰਗ ਨਹੀਂ ਕਰਦੇ ਸਾਨੂੰ ਉਹਨਾਂ ਤੰਗ ਜੋ ਕੀਤਾ ਹੀ ਨਹੀਂ ਹੋਰ ਇੱਥੇ ਮੁਸਲਮਾਨ ਵੀ ਮਾਲਕ ਹੈ ਸਨ ਜ਼ਮੀਨਾਂ ਦੇ ਮੁਸਲਮਾਨ ਮਾਲਕ ਹੋਣੀ ਥਾਣਾ ਮਾਲਕ ਜਿਹੜੇ ਮੁਸਲਮਾਨ ਥਾਣਨ ਉਹ ਤੇਲੀਆਂ ਦੇ ਘਰ ਸਨ ਇੱਕ ਦੋ ਕਿਲਾ ਕਿਲਾ ਡੇ ਡੜ ਕਿਲਾ ਉਹਨਾਂ ਦੀ ਮਾਲਕੀ ਸੀ ਹੋਰ ਕੋਈ ਇੱਥੇ ਮਾਲਕ ਨਹੀਂ ਸੀ ਬਕਾਇਆ ਸਿੱਖ ਹੀ ਸਨ ਸਾਰੇ ਸਾਰੇ ਸਿੱਖ ਇਤੋਂ ਤੱਕ ਕੋਈ ਵਾਕਿਆ ਸੁਣਾਓ ਕੋ ਸਿੱਖਾਂ ਦਾ ਮੁਸਲਮਾਨਾਂ ਦਾ ਜਿਹੜਾ ਤੁਹਾਨੂੰ ਯਾਦ ਹੋਵੇ ਉਸ ਟਾਈਮ ਦਾ ਕਿਵੇਂ ਦਾ ਜਿਹੜਾ ਪਿਆਰ ਮੁਹੱਬਤਾਂ ਲਈ ਪਿਆਰ ਮੁਹੱਬਤ ਦੇ ਦਾ 10 ਦਿਨਾਂ ਵਿੱਚ ਪਿਆਰ ਪਿਆਰ ਮੁਹੱਬਤੇ ਬੜਾ ਕਰਦੇ ਸਨ ਸਾਡੇ ਨਾਲ ਵਿਆਹਾਂ ਸ਼ਾਦੀਆਂ ਤੇ ਧੀ ਦਾ ਹੋਣਾ ਪੁੱਤਰ ਦਾ ਹੋਣਾ ਤੁਹਾਨੂੰ ਪੁੱਛਣਾ ਵਕੀ ਤੁਹਾਨੂੰ ਚਾਹੀਦਾ ਆਟਾ ਚਾਹੀਦਾ ਦਾਣੇ ਚਾਹੀਦੇ ਨੇ ਗੁੜ ਚਾਹੀਦਾ ਹੈ ਖੰਡ ਚਾਹੀਦੀ ਏ ਪੈਸੇ ਚਾਹੀਦੇ ਨੇ ਜਿਹੜੀ ਚੀਜ਼ ਦੀ ਤੁਹਾਨੂੰ ਲੋੜ ਤੁਸੀਂ ਦੱਸੋ ਅਸੀਂ ਤੁਹਾਨੂੰ ਲੈ ਕੇ ਦੇਨੇ ਆਂ ਕੁਈ ਪੈਸੇ ਤੇ ਕੁਈ ਪੈਸੇ ਦੇ ਛੜ ਦੇਣ ਕੋਈ ਲੈ ਕੇ ਦੇ ਦਿੰਦੇ ਤਾਂ ਤੇ ਲੈਦੇ ਹੋਰ ਧੱਕੇ ਨਾਲ ਤਕਲੀਫ ਤੰਗ ਤੰਗ ਕਰਕੇ ਨਹੀਂ ਥਣ ਲੈਂਦੇ ਹੋਏ ਦੇ ਦੋ ਨਹੀਂ ਤੇ ਨਹੀਂ ਜੇ ਹੋਏ ਤੇ ਦਿੱਤੇ ਨੇ ਹਾੜੀ ਸੋਣੀ ਜਾ ਕੇ ਕਦੀ ਬਾੜੀਆਂ ਫਾੜੀਆਂ ਕਰਨੀਆਂ ਕੋਈ ਚਾਰ ਪੈਸੇ ਹੋਣੇ ਕੋਈ ਮਾੜੇ ਲੋਕ ਜੂ ਸਨ ਤਾਂ ਕਿ ਕੋਈ ਕਮਾਈ ਕਰਨੀ ਤਾਂ ਉਹਨਾਂ ਨੂੰ ਵਿੱਚੋਂ ਕੁਥੜਾ ਬਦਾ ਦੇ ਛੜਨਾ ਇਹ ਨਹੀਂ ਥਣੋਂ ਆਂਦੇ ਕਿ ਸਾਨੂੰ ਇਹ ਤੇਰੇ ਕੋਲ 500 ਲੈਣੇ ਤੇ ਸਾਨੂੰ 200 ਦਿੱਤੇ ਬਕਾਇਆ ਕਦੋਂ ਦੇਂਦਾ ਇਹ ਸਾਨੂੰ ਤੰਗ ਨਹੀਂ ਥਣ ਕਰਦੇ ਬਾਬਾ ਜੀ 75 ਸਾਲ ਹੋ ਗਏ ਨੇ ਆ ਪਾਕਿਸਤਾਨ ਹਿੰਦੁਸਤਾਨ ਬਣੇ ਨੂੰ ਹਾਂ ਜੀ ਇਧਰੋਂ ਸਿੱਖ ਗਿਆ ਨੂੰ ਆ ਇਨਾ ਵਕਤ ਗੁਜ਼ਰ ਗਿਆ ਪੂਣੀ ਸਦੀ ਹੋ ਗਈ ਹੈ ਹਾਂ ਤੇ ਉਹ ਟਾਈਮ ਉਹ ਗੱਲਾਂ ਕਿਉਂ ਨਹੀਂ ਭੁੱਲੀਆਂ ਕੀ ਵਜ੍ਹਾ ਹੈ ਉਹ ਗੱਲਾਂ ਤਾਂ ਨਹੀਂ ਭੁੱਲਿਆ ਕਿ ਸਾਡੇ ਨਾਲ ਉਹ ਚੰਗੇ ਸਨ ਸਾਡੇ ਨਾਲ ਚੰਗੇ ਰਹੇ ਨੇ ਜੇ ਕੋਈ ਬੜਾ ਬਰਤਦੇ ਤੇ ਅਸੀਂ ਅਸੀਂ ਵੀ ਤੁਹਾਨੂੰ ਤੇ ਤੇ ਉਖੜ ਜਾਂਦੇ ਅਸੀਂ ਹੁਣ ਤਿੱਕਰ ਯਾਦ ਕਰ ਰਹੇ ਆ ਉਹ ਅਜੇ ਵੀ ਅਸੀਂ ਆਨੇ ਆ ਉਹ ਆਉਣ ਸਾਡੇ ਮੱਥੇ ਲੱਗਣੇ ਸੀ ਉਹਨਾਂ ਨੂੰ ਵੇਖੀਏ ਉਹ ਕੀ ਹੋ ਜਾਏ ਨੇ ਉਹ ਸਾਨੂੰ ਵੇਖਣ ਵੇ ਇਹ ਕੀ ਹੋ ਜਾਏ ਨੇ ਹਾਂ ਤੁਹਾਡਾ ਦੇ ਬੜਾ ਦਿਲ ਛੜਦਾ ਸਾਡੇ ਜਿਹੜੇ ਮੇਰੇ ਹਾਨੀ ਨੇ ਨਾ ਜਿੰਨਾਂ ਥੋੜੀ ਹੋਵੇ ਸਮਝੇ ਮੈਨੂੰ ਜ਼ਿਆਦਾ ਸਮਝੇ ਦੂਜਿਆਂ ਸਮਝ ਘੱਟ ਔਰ ਅਸੀਂ ਸਹਿ ਗਨੇ ਆਪੇ ਤੁਹਾਨੂੰ ਪਤਾ ਲੱਗੇ ਕਿ ਉਹ ਕੀ ਹੋ ਜਾਏ ਨੇ ਤੇ ਅਸੀਂ ਕੀ ਹੋ ਜਾ ਹਾਂ ਅਈ ਤੋਂ ਉਹਨਾਂ ਨੂੰ ਵੇਖਣਾ ਚਾਹੁੰਦੇ ਆ ਕਿਉਂਕਿ ਜੇ ਜੀ ਸਾਨੂੰ ਤੰਗੀ ਤਕਲੀਫ ਦਿੰਦੇ ਤੇ ਸਾਨੂੰ ਕਿਹੜੀ ਲੋੜ ਸੀ ਉਹਨਾਂ ਨੂੰ ਯਾਦ ਕਰਮਦੇ ਅਜੀ ਤਨੇ ਕਿਹੜਾ ਵੇਲਾ ਹੋਇਆ ਮੁਕਾ ਮੁਕਾ ਯਾਦ ਇਧਰ ਆ ਜਾਣ ਇਧਰ ਆ ਜਾਣ ਫਿਰ ਇੱਕ ਹੋ ਜੀਏ ਇੱਕ ਹੋ ਚਲੋ ਜੀ ਬਾਬਾ ਜੀ ਅਸੀਂ ਤੇ ਦੁਆ ਹੀ ਕਰ ਸਕਦੇ ਕਿ ਜਿੱਥੇ ਵੀ ਰਵੇ ਖੁਸ਼ ਰਵੇ ਆਬਾਦ ਰਵੇ ਸਾਡਾ ਮੁਲਕ ਵੀ ਆਬਾਦ ਰਵੇ ਉਹ ਵੀ ਆਬਾਦ ਉਹ ਵੀ ਆਬਾਦ ਰਹਿਣ ਬਾਬਾ ਜੀ ਕਿਉਂਕਿ ਸਾਡਾ ਇਸਲਾਮ ਵੀ ਕਹਿੰਦਾ ਹੈ ਕਿ ਤੁਸੀਂ ਕਿਸੇ ਨੂੰ ਦੁਆ ਦੋਗੇ ਤੇ ਕੋਈ ਤੁਹਾਨੂੰ ਦਵਾ ਦੇਗਾ ਕਿਸੇ ਦੀ ਖੈਰ ਮੰਗੋਗੇ ਤੇ ਤੁਹਾਡੀ ਵੀ ਖੈਰ ਹੋਵੇ ਤੁਹਾਡੀ ਵੀ ਖੈਰ ਹੋਵੇ ਅਸੀਂ ਤਾਂ ਚੋਨੇ ਆ ਵੀ ਅਸੀਂ ਵੀ ਆਮਨ-ਮਾਨ ਨਾ ਰਹੀਏ ਤੇ ਸਾਰੇ ਰਹਿਣ ਠੀਕ ਹੈ ਨਾ ਬਾਬਾ ਜੀ ਬਿਲਕੁਲ ਅੱਛਾ ਬਾਬਾ ਜੀ ਜਦੋਂ ਇਹ ਲੋਕ ਇੱਥੋਂ ਗਏ ਨੇ ਤੁਸੀਂ ਦੱਸਿਆ ਕਿ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਰਹੇ ਆ ਫਿਰ ਜਦੋਂ ਇਹ ਲੋਕ ਇਧਰੋਂ ਉੱਠੇ ਨੇ ਇਸ ਪਿੰਡ ਦੇ ਵਿੱਚੋਂ ਕਿਵੇਂ ਨਿਕਲੇ ਕਦੋਂ ਨਿਕਲੇ ਕੋਈ ਇਸ ਪਿੰਡ ਦੇ ਵਿੱਚ ਕੋਈ ਵੱਡ ਟੁੱਕ ਨਹੀਂ ਹੋਈ ਸਾਡੇ ਪਿੰਡ ਦੇ ਵਿੱਚ ਓਕਰ ਮੁਕਰ ਵੱਡ ਟੁੱਕ ਨਹੀਂ ਹੋਈ ਇੱਥੋਂ ਬੜੇ ਪਿਆਰ ਨਾਲ ਗਏ ਨੇ ਬڑے ਸਲੋਗ ਨਾਲ ਗਏ ਨੇ ਜੇ ਕਿਸੇ ਨੂੰ ਕੋਈ ਚੀਜ਼ ਦੇ ਗਏ ਨੇ ਤੇ ਉਹ ਆ ਕੇ ਵਾਪਸ ਲੈ ਗਏ ਨੇ ਨੇੜੇ ਨੇੜੇ ਰਹਿ ਕੇ ਨਾ ਜੀਆਂ ਆਪਣੇ ਕਿਰੇ ਨੇੜੇ ਦਸਾਂ ਬੀਆਂ ਮੀਲਾਂ ਦੇ ਟਿਕਾਣੇ ਲਾ ਕੇ ਤੇ ਆ ਕੇ ਤੇ ਵਾਪਸ ਲੈ ਗਏ ਨੇ ਨਾ ਇੱਥੋਂ ਕਿਸੇ ਦੀ ਛਾਇ ਕਿਸੇ ਮੁਸਲਮਾਨ ਖਾਦੀ ਹੈ ਤੇ ਨਾ ਕਿਤੇ ਰੱਖੀ ਹੈ ਤੇ ਉਹ ਆ ਜਾਂਦੇ ਸਨ ਤੇ ਲੈ ਜਾਂਦੇ ਸਨ ਤੇ ਪਿਆਰ ਮੁਹੱਬਤ ਨਾਲ ਗਏ ਨੇ ਵੱਡਾ ਟੁਕੀ ਹੋਈ ਹੈ ਤੇ ਇੱਧਰ ਕੁਝ ਵਾਲੇ ਲਾ ਕੇ ਚੋਈਏ ਸਾਡੇ ਇਲਾਕੇ ਵੱਡਾ ਟੁਕੀ ਲਈ ਹੋਈ ਹੈ ਬੱਬਾ ਜੀ ਦੋ ਇਥੋਂ ਗਏ ਨੇ ਫਿਰ ਮਿਲੇ ਭੈਣਾ ਭਰਾਵਾਂ ਤਾਂ ਨਾ ਤੁਹਾਨੂੰ ਮੇਰੇ ਕਿ ਰੋਂਦੇ ਗਏ ਨੇ ਕਿ ਅਸੀਂ ਬਰੋਂਦੇ ਸਾਂ ਵੀ ਰੋਂਦੇ ਸਾਂ ਹਾਂ ਤੇ ਬੱਬਾ ਜੀ ਤੁਹਾਨੂੰ ਰੋਣਾ ਕਿਉਂ ਆਉਂਦਾ ਸੀ ਰੋਣਾ ਇਸ ਤਾਂ ਆਉਂਦਾ ਸੀ ਤੇ ਸਾਡੇ ਨਾਲ ਚੰਗੇ ਸਨ ਕੋਰੇ ਕਿ ਹੋ ਜਾ ਗੋ ਮਗਦਾਵੇਗਾ ਤੁਹਾਨੂੰ ਕਿਸੇ ਚੀਜ਼ ਦਿੱਤੀ ਕਲੀ ਬਣੀ ਸੀ ਬੱਬਾ ਜੀ ਦੀ ਅੱਖਾਂ 'ਚ ਹੰਝੂ ਆ ਗਏ ਨੇ ਹਾਂ ਬਬੇ ਕੀ ਵਾਕਿਆ ਤਾਰਾ ਉਹ ਫਿਰ ਕਿਵੇਂ ਗਏ ਇਥੋਂ ਬਬੇ ਉਹ ਦੱਸੋ ਜਿੰਨੇ ਤੁਸੀਂ ਆਪਣੀ ਅੱਖਾਂ ਨਾਲ ਵੇਖਿਆ ਵਾਕਿਆ ਅੱਖੋਂ ਗਏ ਇਥੇ ਨਾ ਬਸ ਐਲਾਨ ਹੋ ਗਿਆ ਕਿ ਸਾਰੇ ਟਰ ਜਾਣ ਸਿੱਖ ਨਿਕਲ ਜਾਣ ਤੇ ਮੁਸਲਮਾਨ ਆਉਣੇ ਨੇ ਇੱਥੇ ਇਹ ਫਿਰ ਨਿਕਲਦੇ ਨਹੀਂ ਸਨ ਇਹ ਆਂਦੇ ਸਨ ਸਨ ਕਿ ਸਾਡੀਆਂ ਪਤਾਲ ਜੜਾਂ ਗਈਆਂ ਨੇ ਤੁਹਾਨੂੰ ਕੌਣ ਹਲਾ ਸਕਦਾ ਹੈ ਤੇ ਜਦੋਂ ਉਤਪਮ ਜੁਰੀ ਲਿਖੀ ਸੀ ਕਿ ਤੁਹਾਡੀਆਂ ਜੜਾਂ ਜਦੋਂ ਕਟੀਆਂ ਜਾਣੀਆਂ ਨੇ ਹਕੂਮਤ ਦੇ ਵੱਲੋਂ ਹੀ ਜਿਸ ਤਰ੍ਹਾਂ ਸਾਡੇ ਵੀਰ ਉਧਰੋਂ ਆਏ ਮੁਸਲਮਾਨ ਜਿੱਦਾਂ ਅਸੀਂ ਆਏ ਆ ਹਾਂ ਫਿਰੇ ਵੀ ਇੱਥੋਂ ਗਏ ਨਾ ਫਿਰੇ ਵੀ ਇੱਥੋਂ ਗਏ ਅੱਛਾ ਹਕੂਮਤ ਦੇ ਬੰਦਿਆਂ ਨੇ ਤੇ ਇਹਨਾਂ ਨੂੰ ਨਹੀਂ ਇੱਥੋਂ ਰੋਕਿਆ ਟੋਕਿਆ ਹਕੂਮਤ ਦੇ ਬੰਦੇ ਨੇ ਕਿਸੇ ਨੇ ਰੋਕਿਆ ਮਿਲਟਰੀ ਆਉਂਦੀ ਸੀ ਉਹ ਜਿਹੜਾ ਬੰਦਾ ਕੋਈ ਅੜਦਾ ਉੜਦਾ ਸੀ ਨਾ ਜਰਾ ਕੋਈ ਜਾਣ ਤੋਂ ਘਰ ਛੱਡਣ ਤੇ ਨਹੀਂ ਜੀ ਕਰਦਾ ਕਿਸੇ ਦਾ ਜੀ ਜੀ ਜਿਹੜਾ ਕੋਈ ਬੰਦਾ ਅੜਦਾ ਸੀ ਉਹ ਨਾ ਸੁਣ ਲੈਣਾ ਕਿ ਮਿਲਟਰੀ ਆ ਗਈ ਏ ਉਹ ਹੁਣ ਫੌਜ ਜਾਂਦੇ ਤੇ ਮਿਲਟਰੀ ਜਾਂਦੇ ਥਾਣ ਜੀ ਜੀ ਕਿ ਮਿਲਟਰੀ ਆ ਗਈ ਤੇ ਉਹ ਬਿਚਾਰੇ ਡਰਦੇ ਫਿਰ ਨਿਕਲ ਜਾਂਦੇ ਥਾਣ ਅੱਛਾ ਇੱਥੇ ਸਾਡੀ ਹਕੂਮਤ ਨੇ ਉਹਨਾਂ ਨੂੰ ਕਿਹਾ ਕੁਝ ਨਹੀਂ ਨਾ ਕਿਸੇ ਨੇ ਕੁਝ ਕਿਹਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਜਦੋਂ ਉਹਨਾਂ ਜ਼ੁਬਾਨ ਨਾਲ ਕਿਹਾ ਹੈ ਤੇ ਜ਼ੁਬਾਨ ਨਾਲ ਨਿਕਲ ਗਏ ਨੇ ਅੱਛਾ ਉਹਨਾਂ ਨੇ ਫਿਰ ਅੜੀ ਨਹੀਂ ਕੀਤੀ ਕੁਝ ਬੰਦਿਆਂ ਨੇ ਕੀਤੀ ਸੀ ਜਿੰਨਾ ਅੜੀ ਕੀਤੀ ਸੀ ਨਾ ਉਹ ਵੀ ਟੁਰ ਗਏ ਸਨ ਪਿਆਰ ਨਾਲ ਪਿਆਰ ਨਾਲ ਕਿਉਂਕਿ ਉਹਨਾਂ ਨੂੰ ਇਹ ਸੋਝ ਗਈ ਸੀ ਜੇ ਅਸੀਂ ਅੜੀ ਕਰਾਂਗੇ ਤੇ ਤੁਹਾਨੂੰ ਮੈਨੂੰ ਮਾਰ ਚੜੇ ਨੁਕਸਾਨ ਹੋਏਗਾ ਨੁਕਸਾਨ ਹੋਵੇਗਾ ਉਹ ਵੀ ਨੁਕਸਾਨ ਤੋਂ ਬਚੇ ਨੁਕਸਾਨ ਤੋਂ ਬਚੇ ਨਹੀਂ ਬਾਬਾ ਜੀ ਬੜੀ ਅੱਛੀ ਗੱਲ ਹੈ ਉਹਨਾਂ ਦੀ ਵੀ ਆਹ ਤੇ ਫਿਰ ਬਾਬਾ ਜੀ ਜਦੋਂ ਫਿਰ ਚਲੇ ਗਏ ਨਾ ਉਹ ਆਪਣਾ ਸਮਾਨ ਲੀਲਾ ਕਪੜਾ ਫਿਰ ਲੋਕਾਂ ਕੀ ਕੀਤਾ ਉਹਨਾਂ ਦਾ ਉਹ ਸਮਾਨ ਜਿਹੜਾ ਲੋਕੇ ਚੁੱਕ ਕੇ ਤੇ ਇੱਥੇ ਇੱਕ ਸਟਾਕ ਬਣਿਆ ਸੀ ਉਹ ਬਾਜ਼ਾਰ ਦੇ ਵਿੱਚ ਸਮਾਨ ਸਾਰਾ ਉੱਥੇ ਇਕੱਠਾ ਕਰਦੇ ਸਨ ਸਿਕਾਂ ਦਾ ਉਹ ਜਿਹੜੇ ਮੁਸਲਮਾਨ ਭਰਾ ਆਏ ਸਨ ਉਹਨਾਂ ਨੂੰ ਹਿੱਸੇ ਵਾਰਤੀ ਕਿਸੇ ਨੂੰ ਕੋਈ ਥੀ ਦਿੱਤੀ ਕਿਸੇ ਨੂੰ ਕੱਪੜੇ ਦਿੱਤੇ ਸਾਰੇ ਵੰਡ ਤਰੰਡ ਕਰਕੇ ਨਾ ਸਾਰੇ ਮੁਸਲਮਾਨ ਨੂੰ ਦਿੱਤੇ ਸਨ ਖਾਦੇ ਕਿਸੇ ਨੇ ਫਿਰ ਚਲੇ ਗਏ ਫਿਰ ਚਲੇ ਫਿਰ ਪਿੰਡ ਦੇ ਕੀ ਹਾਲਾਤ ਸਨ ਫਿਰ ਦੇ ਹਾਲਾਤ ਫਿਰ ਚੰਗੇ ਰਹੇ ਨੇ ਫਿਰ ਹੁਣ ਪਿੰਡ ਦਾ ਹਾਲਾਤ ਕੀ ਖਰਾਬ ਹੋਣਾ ਤੇ ਅੱਛਾ ਬਾਬਾ ਜੀ ਉਹ ਵੇਲਾ ਯਾਦ ਹੈ ਅੱਜ ਵੀ ਅੱਜ ਵੀ ਵੇਲਾ ਯਾਦ ਹੈ ਮੈਨੂੰ ਤੇ ਯਾਦ ਹੈ ਕਿਉਂ ਮੈਂ ਜਾਂਦਾ ਨਾਲ ਡਾਈਵਰਸ ਨੇ ਕੀ ਕਪਾਏ ਕਪਾਹ ਚੁਗਣ ਜਾਂਦੇ ਸਾਂ ਤੇ ਮੈਂ ਵੀ ਲਾਟ ਚੁਗ ਜਾਂਦਾ ਮੈਂ ਬਾਬਾ ਸ਼ਾਰਜੂ ਤਾਂ ਜਿੰਨੀ ਕਪਾਹ ਮੈਂ ਚੁਗਣੀ 50 ਚੁਗਣੀ 70 ਚੁਗਣੀ ਮੈਂ ਆਪਣੇ ਕਪੜੇ ਚ ਬਣਨੀ ਬਣ ਕੇ ਲਾਗਦੇ ਹੱਟੀ ਤੇ ਵੇਖ ਕੇ ਵੇਚ ਕੇ ਚੀਜ਼ਾਂ ਲੈ ਲੈਣੀਆਂ ਉਹ ਬਾਈ ਔਲਖ ਨੇ ਕਦੀ ਮੈਨੂੰ ਰੋਕਿਆ ਹੀ ਨਹੀਂ ਸੀ ਜਾਵਲ ਸਿੰਘ ਜਿਹੜੇ ਨੇ ਜਾਵਲ ਸਿੰਘ ਦੀ ਘਰ ਦੀ ਉਹ ਜਿਹਨਾਂ ਆਉਲਖ ਸੀ ਆਲਹਕੌਰ ਹਾਂ ਉਹ ਵੀ ਵਿਰਕ ਸਨ ਨਹੀਂ ਉਹ ਸਿੱਖ ਦਾ ਅੱਛਾ ਸਿੱਖ ਵੀਰਕ ਹੀ ਸਨ ਹਾਂ ਵੀਰਕ ਆ ਅੱਛਾ ਫਿਰ ਚੰਗੇ ਸਨ ਬਾਬਾ ਜੀ ਤੋਂ ਚੰਗੇ ਸਨ ਕਿ ਹੁਣ ਇਹ ਤੇ ਅੱਜ ਦੇ ਦੌਰ 'ਚ ਇੱਕ ਪਾ ਕੁ ਸ਼ਾਇ ਫੜ ਲੇ ਤਾਂ ਉੱਥੇ ਲੋਕ ਧਰਾ ਲੈਣਗੇ ਇੱਥੇ ਬਾਬਾ ਜੀ ਪਿੰਡ ਦੇ ਵਿੱਚ ਉਸ ਟਾਈਮ ਹਟੀਆਂ ਕਿੰਨੀਆਂ ਸੀ ਦੁਕਾਨਾਂ ਹਟੀਆਂ ਇੱਥੇ ਥੋੜੀਆਂ ਸੀ ਸਨ ਚੰਦ ਹਟੀਆਂ ਦੇ ਇੱਕ ਅਮਰੇ ਬਹਾਮਣ ਦੀ ਸੀ ਇੱਕ ਡਾਕਟਰ ਬਣ ਸਲਾਰ ਦੀ ਸੀ ਤੇ ਦੋ ਤਿੰਨ ਦੁਕਾਨਾਂ ਹੋਰ ਸਨ ਤੇ ਇਸ ਨੇ ਇੱਕ ਬਚਨੀ ਸੀ ਇੱਕ ਬਾਬੇ ਕੋੜੇ ਖਾਣੇ ਦੀ ਸੀ ਇਹ ਦੁਕਾਨਾਂ ਸਨ ਪੰਜ ਸੇ ਹੋਰ ਕੋਈ ਅੱਡਾ ਵੱਡਾ ਬਾਜ਼ਾਰ ਨਹੀਂ ਸੀ ਅੱਛਾ ਬਾਬਾ ਫਿਰ ਚਲੇਗੇ ਲੋਕ ਫਿਰ ਉਧਰੋਂ ਕੋਈ ਆਏ ਮਿਲਣ ਤੁਹਾਨੂੰ ਕਦੀ ਕੋਈ ਉਧਰੋਂ ਮਿਲ ਜਿਹੜੇ ਆਏ ਸਨ ਉਹ ਵੱਡੇ ਅੱਗੋਂ ਲੋਕ ਜਿਹੜੇ ਵੱਡੇ ਵੱਡੇ ਲੋਕ ਨੇ ਉਹਨਾਂ ਕੋਲ ਆਏਦੇ ਸਨ ਤੇ ਆ ਕੇ ਮਿਲ ਕੇ ਟੁਰ ਜਾਂਦੇ ਸਨ ਐ ਚੰਦ ਮਿੰਟ ਰਹਿੰਦੇ ਸਨ ਜਿਹੜੇ ਹੁਣ ਲੋਕ ਤੁਹਾਨੂੰ ਕਾਲੋ ਕੀ ਪਿੰਡ ਦੇ ਵੇਖਦੇ ਹੋਣ ਆਹੋ ਜਿਹੜੇ ਲੋਕ ਇਧਰੋਂ ਸਿੱਖ ਸਰਦਾਰ ਗਏ ਨੇ ਆ ਉਹ ਅਗਰ ਤੁਹਾਨੂੰ ਵੀਡੀਓ ਦੇ ਰਾਹੀਂ ਦੇਖਦੇ ਹੋਣ ਤੇ ਤੁਸੀਂ ਉਹਨਾਂ ਨੂੰ ਕੀ ਪਾਗਾਮ ਦੇਣਾ ਚਾਹੁੰਦੇ ਹੋ ਪਾਗਾਮ ਇਹਨਾਂ ਇਹ ਹੀ ਦੇਣਾ ਚਾਹੁੰਦੇ ਆ ਕਿ ਅਸੀਂ ਵੀ ਠੀਕ ਠਾਕ ਆਲਾ ਤੁਹਾਨੂੰ ਵੀ ਠੀਕ ਠਾਕ ਰਖੇ ਤੇ ਤੁਸੀਂ ਆ ਕੇ ਸਾਨੂੰ ਮਿਲੋ ਮਿਲੋ ਅਸੀਂ ਤੁਹਾਨੂੰ ਵੇਖੀਏ ਕਿਵੇਂ ਦੇ ਤੁਸੀਂ ਹੋ ਗਏ ਹੋ ਅੱਛਾ ਹਾਂ ਹਾਂਜੀ ਵੀਰੋ ਜਿਸ ਤਰ੍ਹਾਂ ਆਪਾਂ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਬਜ਼ੁਰਗਾਂ ਨੇ ਦੱਸਿਆ ਕਿ ਉਹ ਵੇੜਾ ਉਹ ਪਿਆਰ ਮੁਹੱਬਤ ਬੜਾ ਅੱਛਾ ਸੀ ਲੋਕਾਂ ਦੇ ਨਾਲ ਰਹਿਣ ਸਹਿਣ ਬੜਾ ਚੰਗਾ ਸੀ ਫਿਰ ਕਿਸੇ ਵੀਡੀਓ ਦੇ ਨਾਲ ਮਿਲਦੇ ਆ ਤੇ ਜਿਹੜੇ ਵੀਰ ਸਾਨੂੰ ਭਰਾ ਦੇਖ ਰਹੇ ਨੇ ਕਾਲੂ ਕੀ ਪਿੰਡੋਂ ਗਏ ਨੇ ਬਜ਼ੁਰਗਾਂ ਦਾ ਵੀ ਇਹੋ ਹੀ ਸੁਨਾ ਹੈ ਕਿ ਇੱਧਰ ਆਉਣ ਮਿਲਨ ਗਿਲਨ ਤੇ ਇੱਧਰ ਆਉਂਦੇ ਹੋ ਤੁਸੀਂ ਗੁਰਦੁਆਰਾ ਸਾਹਿਬ ਨਨਕਾਣਾ ਸਾਹਿਬ ਮੱਥਾ ਟੇਕਦੇ ਹੋ ਤੇ ਇੱਥੇ ਆਪਣੇ ਪਿੰਡ ਵੀ ਆਓ ਆਪਣਾ ਪਿੰਡ ਵੀ ਵੇਖ ਕੇ ਜਾਓ ਫਿਰ ਕਿਸੇ ਵੀਡੀਓ ਦੇ ਨਾਲ ਮਿਲਦੇ ਆ ਸਾਨੂੰ ਅੱਜ ਦੀ ਇਜਾਜ਼ਤ ਦਿਓ